ਗੁਰਦੁਆਰਾ ਕਲਗੀਧਰ ਸਾਹਿਬ ਦਸ਼ਮੇਸ਼ ਨਗਰ ਅੰਮ੍ਰਿਤਸਰ ਰੋਡ ਮੋਗਾ ਵਿਖੇ ਜੋ ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਇਸ ਸਥਾਨ 'ਤੇ 1995 ਸਾਲ ਦੇ ਵਿੱਚ ਅਕਤੂਬਰ ਦੇ ਮਹੀਨੇ ਦੇ ਵਿੱਚ ਚਰਨ ਪਾਏ ਸਨ। ਗੁਰੂ ਵਾਹਿਗੁਰੂ 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 ਦਸ਼ੋ ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਉਸ ਪਵਿੱਤਰ ਸਥਾਨ ਦੇ ਉੱਪਰ ਜਿਹੜਾ ਕਿ ਅੱਜ ਤੋਂ ਕਈ ਸਾਲ ਪਹਿਲਾਂ ਬਹੁਤ ਥੋੜ੍ਹੇ ਸਥਾਨ ਦੇ ਨਾਲ ਚਾਲੂ ਹੋਇਆ ਔਰ ਅੱਜ ਇੱਕ ਲੋਕਾਂ ਦੀ ਆਸਥਾ ਦਾ ਕੇਂਦਰ ਬਣ ਚੁੱਕਿਆ ਹੈ। ਸਾਡੀ ਮੁਰਾਦ ਹੈ ਗੁਰਦੁਆਰਾ ਕਲਗੀਧਰ ਸਾਹਿਬ, ਜਿਹੜਾ ਕਿ ਮਹਾਂਪੁਰਖਾਂ ਨੇ ਸਾਰੀ ਜ਼ਿੰਦਗੀ ਲਗਾ ਦੀ ਆਪਣੀ, ਔਰ ਕਾਰ ਸੇਵਾ ਵਾਲੇ ਸੰਤ ਬਾਬਾ ਨਰਿੰਦਰ ਸਿੰਘ ਜੀ, ਸੰਤ ਬਾਬਾ ਬਲਵਿੰਦਰ ਸਿੰਘ ਜੀ, ਹਜ਼ੂਰ ਸਾਹਿਬ ਵਾਲੇ, ਜਿਨ੍ਹਾਂ ਨੇ ਹਮੇਸ਼ਾ ਜਿਹੜਾ ਹਿੰਦੁਸਤਾਨ ਦੀ ਧਰਤੀ ਨੂੰ ਭਾਗ ਲਾਏ ਆ ਔਰ ਥਾਂ ਥਾਂ ਦੇ ਉੱਪਰ ਸੇਵਾਵਾਂ ਜਿਹੜੀਆਂ ਕੀਤੀਆਂ ਔਰ ਉਹਦੇ ਵਿੱਚ ਬਾਬਾ ਜੀ ਜਿਹੜੇ ਹੈਗੇ ਆ ਇਸ ਸਥਾਨ ਦੀ ਪਵਿੱਤਰ ਦੀ ਸੇਵਾ ਕਰਾ ਰਹੇ ਨੇ, ਉਹਨਾਂ ਦੀ ਰਹਿਨਮਾਈ ਦੇ ਵਿੱਚ ਬਾਬਾ ਜੀ ਸਵਾਗਤ ਆ। ਕੀ ਕਹਿਣਾ ਚਾਹੋਗੇ ਕਿ ਕਿਵੇਂ ਇੱਕ ਬਹੁਤ ਥੋੜ੍ਹੀ ਜਿਹੀ ਸਥਾਨ ਤੋਂ ਸ਼ੁਰੂ ਹੋਇਆ ਔਰ ਅੱਜ ਲੋਕ ਜਦੋਂ ਆਉਂਦੇ ਆ ਅਗਲੀ ਏਰੀਆ ਆ ਕੇ ਦੇਖਦਾ ਬਾਬਾ ਆਹ ਵੀ ਹੋ ਗਿਆ, ਬਾਬਾ ਆਹ ਵੀ ਹੋ ਗਿਆ, ਕੀ ਕਹਿਣਾ ਚਾਹੋਗੇ ਕਿ ਕਾਰਵਾਂ ਬਣਦਾ ਜਾਂਦਾ ਹੈਗਾ, ਮਿਸਤਰੀ ਕਦੇ ਰੁਕੇ ਨਹੀਂ ਗਏ ਔਰ ਬਹੁਤ ਕਿਰਪਾ ਬਾਬਿਆਂ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੀ ਵੀ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਇਸ ਪਾਵਨ ਸਥਾਨ ਗੁਰਦੁਆਰਾ ਕਲਗੀਧਰ ਸਾਹਿਬ ਦਸ਼ਮੇਸ਼ ਨਗਰ ਅੰਮ੍ਰਿਤਸਰ ਰੋਡ ਮੋਗਾ ਵਿਖੇ ਜੋ ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਇਸ ਸਥਾਨ 'ਤੇ 1995 ਸਾਲ ਦੇ ਵਿੱਚ ਅਕਤੂਬਰ ਦੇ ਮਹੀਨੇ ਦੇ ਵਿੱਚ ਚਰਨ ਪਾਏ ਸਨ। ਸੰਗਤਾਂ ਨੇ, ਬਾਬਾ ਜੀ ਨੇ ਸੰਗਤਾਂ ਦੀਆਂ ਬੇਨਤੀਆਂ ਪ੍ਰਵਾਨ ਕਰਕੇ ਇਸ ਸਥਾਨ 'ਤੇ ਆਏ ਸਨ ਔਰ ਜਦੋਂ ਵੇਖਿਆ ਕਿ ਸੰਗਤਾਂ ਦੇ ਵਿੱਚ ਬਹੁਤ ਪਿਆਰ ਹੈ, ਸ਼ਰਧਾ ਦੇ ਨਾਲ ਸਵੇਰ ਤੋਂ 4-5 ਘੰਟੇ ਤੋਂ ਸੰਗਤ ਬੈਠੀ ਸੀ ਅਤੇ ਬਾਬਾ ਜੀ ਕਹਿਣ ਲੱਗੇ ਭਾਈ ਜਗ੍ਹਾ ਬਹੁਤ ਥੋੜ੍ਹੀ, ਅਸੀਂ ਕਾਰ ਸੇਵਾ ਵਾਲੇ, ਸਾਨੂੰ ਜਗ੍ਹਾ ਬਹੁਤ ਖੁੱਲ੍ਹੀ ਚਾਹੀਦੀ ਆ। ਅਤੇ ਸੰਗਤਾਂ ਨੇ ਆਖਿਆ ਕਿ ਬਾਬਾ ਜੀ ਅਸੀਂ ਸਵੇਰ ਤੋਂ ਲੈ ਕੇ ਸਾਨੂੰ ਲਗਾਤਾਰ 5-6 ਘੰਟੇ ਆਪ ਜੀ ਦੀ ਇੰਤਜ਼ਾਰ ਦੇ ਵਿੱਚ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਕਿ ਅੱਜ ਸਾਡੇ ਇਸ ਸਥਾਨ ਦੀ ਸੁਣੀ ਜਾਣੀ ਹੈ। ਸੋ ਮਹਾਂਪੁਰਖ ਚਰਨ ਪਾ ਰਹੇ ਹਨ ਅਤੇ ਬਾਬਾ ਜੀ ਤੁਸੀਂ ਸਾਨੂੰ ਉਦਾਸ ਛੱਡ ਕੇ ਨਾ ਜਾਓ, ਆਹ ਲਾਗੇ ਪਲਾਟ ਵਿਕਾਊ ਹਨ ਅਤੇ ਕਿਰਪਾ ਕਰਕੇ ਤੁਸੀਂ ਇਸ ਸੇਵਾ ਅਸਥਾਨ ਦੀ ਲੈਣਾ ਕਰੋ। ਸੰਗਤਾਂ ਨੇ ਜਦੋਂ ਪਿਆਰ ਦੇ ਨਾਲ, ਭਾਵਨਾ ਦੇ ਨਾਲ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਅਤੇ ਬਾਬਾ ਜੀ ਫਿਰ ਸਾਨੂੰ ਕਹਿਣ ਲੱਗੇ ਭਾਈ ਜੇ ਤੁਸੀਂ ਇਹਨਾਂ ਦੀ ਹਾਮੀ ਭਰਦੇ ਜੇ ਤਾਂ ਡਿਊਟੀ ਵੀ ਤੁਹਾਨੂੰ ਦੇਣੀ ਪਵੇਗੀ। ਅਤੇ ਬਾਬਾ ਜੀ ਦੇ ਹੁਕਮ ਅੱਗੇ ਸਿਰ ਝੁਕਾਇਆ ਕਿ ਬਾਬਾ ਜੀ ਜੋ ਆਪ ਜੀ ਨੇ ਜਿੱਥੇ ਰੱਖਣਾ ਹੈ ਅਸੀਂ ਤਾਂ ਆਪ ਜੀ ਦਾ ਬਚਨ ਮੰਨਣਾ ਹੈ, ਆਪ ਜੀ ਦੇ ਹੁਕਮ ਦੇ ਵਿੱਚ ਰਹਿ ਕੇ ਕਾਰ ਕਮਾਉਣੀ ਹੈ। ਅਤੇ ਬਾਬਾ ਜੀ ਨੇ ਭਾਈ
1995 ਸਾਲ ਦੇ ਵਿੱਚ ਅਕਤੂਬਰ ਦੇ ਮਹੀਨੇ ਦੇ ਵਿੱਚ ਇਸ ਪਾਵਨ ਅਸਥਾਨ 'ਤੇ ਆਪਦੇ ਮਹਾਂਪੁਰਖਾਂ ਨੇ ਜਿੱਥੇ ਬੈਸਣ ਸਾਧ ਜਾਨ ਸੁਥਾਨ ਸੁਹੰਦਾ ਉਹ ਸੇਵਣ ਸਮਰ ਸਮਰਥ ਆਪਣਾ ਬਿਨਸੇ ਸਭ ਮੰਦਾ ਉਹਨਾਂ ਮਹਾਂਪੁਰਖਾਂ ਦੀ ਕਿਰਪਾ ਦਾ ਸਦਕਾ। ਸੋ ਗੁਰੂ ਕੀ ਸੰਗਤ ਇੱਥੇ ਇੱਕ ਖੂਹ ਦਾ ਤੌੜ ਸੀ ਅਤੇ ਖੂਹ ਦਾ ਤੌੜ ਦੀ 10-15 ਮਰਲੇ ਜਗ੍ਹਾ ਹੁੰਦੀ ਆ ਅਤੇ ਉਹ ਅੱਜ ਇੱਥੇ 150 ਮਰਲੇ ਦੇ ਲਗਭਗ ਲਾਗੇ ਬੰਨੇ ਜਿੰਨੇ ਘਰ ਸਨ ਜਿਹਨੇ ਵੀ ਗੁਰਮੁਖ ਪਿਆਰੇ ਦਾ ਗੁਰੂ ਘਰ ਦੇ ਨਾਲ ਜਿਹੜੀ ਵੀ ਜਗ੍ਹਾ ਵਰਤਣ ਦੇ ਕੰਮ ਆਉਂਦੀ ਸੀ ਅਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਅੱਜ ਇਹ ਵੱਡਾ ਸਥਾਨ ਬਣ ਚੁੱਕਾ ਹੈ, ਵੱਡਾ ਦੀਵਾਨ ਹਾਲ ਹੈ ਅਤੇ ਵੱਡੇ ਲੰਗਰ ਹਾਲ ਵੱਖਰੇ ਹਨ ਅਤੇ ਪਹਿਲਾਂ ਜੋ ਦਰਬਾਰ ਸੀ ਉਸ ਨੂੰ ਵੱਡਾ ਕੀਤਾ ਗਿਆ ਅਤੇ ਹੁਣ ਉਹਦਾ ਨਵੀਨੀਕਰਨ ਚੱਲ ਰਿਹਾ ਦੁਬਾਰਾ, ਭਾਵ ਉਹਦੇ ਜੋ ਉਸ ਨੂੰ ਅੱਜ ਕੱਲ੍ਹ ਦੇ ਮਾਹੌਲ ਦੇ ਹਿਸਾਬ ਦੇ ਨਾਲ ਉਹਦਾ ਨਵੀਨੀਕਰਨ ਚੱਲ ਰਿਹਾ। ਉੱਪਰ ਦੀਵਾਨ ਹਾਲ ਦੇ ਵਿੱਚ ਪ੍ਰਕਾਸ਼ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ। ਸੋ ਇਹ ਜੋ ਅਸਥਾਨ ਦੀ ਸੇਵਾ ਹੈ ਇਹ ਸੰਗਤਾਂ ਦੇ ਸੰਯੋਗ ਦੇ ਨਾਲ ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਉਹਨਾਂ ਦੀ ਯਾਦਗਾਰ ਸਮਝ ਕੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਅਸਥਾਨ ਚੜ੍ਹਦੀ ਕਲਾ ਦੇ ਨਾਲ ਗੁਰੂ ਕੀ ਸੰਗਤ ਦੋ ਦੋ ਦਰਬਾਰ, ਦੋ ਦੋ ਦੀਵਾਨ ਹਾਲ ਔਰ ਗੁਰੂ ਕੇ ਲੰਗਰ ਸੋ ਸਾਰਾ ਦਿਨ ਚੱਲਦੇ ਰਹਿੰਦੇ ਹਨ। ਭਾਈ ਗਰੀਬ ਗੁਰਬਾ ਕਿਸੇ ਨੂੰ ਮੋੜਿਆ ਨਹੀਂ ਜਾਂਦਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਚਾਹ ਪਾਣੀ ਗੁਰੂ ਕਾ ਲੰਗਰ ਚੱਲਦਾ ਹੈ, ਸੰਗਤਾਂ ਛਕਦੀਆਂ ਹਨ ਅਤੇ ਸੰਗਤਾਂ ਦੇ ਨਾਲ ਜੋ ਮਹੱਲਾ ਨਿਵਾਸੀ ਸੰਗਤਾਂ ਹਨ ਸਾਰਿਆਂ ਪੁਰਬਾਂ 'ਤੇ ਸੰਗਤਾਂ ਰੋਜ਼ ਹੀ ਗੁਰੂ ਕੀਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਪੁਰਬਾਂ 'ਤੇ ਸਵਾਵਾਂ ਕਰਦੀਆਂ ਹਨ। ਨਗਰ ਕੀਰਤਨ ਗੁਰੂ ਘਰ ਵੱਲੋਂ ਕੀਤੇ ਜਾਂਦੇ ਹਨ ਪੁਰਬਾਂ 'ਤੇ। ਸੋ ਵਿਸਾਖੀ ਦਾ ਦਿਹਾੜਾ ਸੰਗਤਾਂ ਦੇ ਨਾਲ ਬੜਾ ਭਾਈ ਚੜ੍ਹਦੀ ਕਲਾ ਦੇ ਨਾਲ ਮਨਾਏ ਜਾਂਦੇ ਹਨ। ਪੰਜ ਪਾਤਸ਼ਾਹ ਜੀ ਦੇ ਸ਼ਹੀਦੀ ਗੁਰਪੁਰਬ, ਸਾਰੇ ਪੁਰਬ ਮਹਾਰਾਜ ਦੇ ਸੱਚੇ ਪਾਤਸ਼ਾਹ ਜੀ ਦੇ ਘਰ ਮਨਾਏ ਜਾਂਦੇ ਹਨ। ਇਸ ਕਰਕੇ ਭਾਈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਅੱਜ ਕੱਲ੍ਹ ਇਸ ਸਥਾਨ ਤੋਂ ਜੋ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਲੰਗਰ ਬਾਬਾ ਨਿਧਾਨ ਸਿੰਘ ਜੀ ਦੇ ਲੰਗਰਾਂ ਵਾਸਤੇ ਸੱਚਖੰਡ ਬਾਬਾ ਜੀ, ਬਾਬਾ ਨਰਿੰਦਰ ਸਿੰਘ ਜੀ, ਬਾਬਾ ਬਲਵਿੰਦਰ ਸਿੰਘ ਜੀ ਉਹਨਾਂ ਦੀ ਰਹਿਣਮਈ ਹੇਠ ਕਣਕ ਦੀ ਗਰਾਹੀ ਇਕੱਠੀ ਕਰਕੇ ਜਿੰਨੀ ਵੀ ਹੋਈ 5000-6000 ਬੋਰੀ ਜਿੰਨੀ ਵੀ ਹੋਈ ਉਹ ਜਿੱਥੇ ਵੀ ਮਹਾਂਪੁਰਖ ਕਹਿੰਦੇ ਹਨ ਉੱਥੇ ਪਹੁੰਚਾਈ ਜਾਂਦੀ ਹੈ। ਅਤੇ ਫਿਰ ਝੋਨੇ ਦੀ ਸੇਵਾ ਇਹ ਜਿਸ ਤਰ੍ਹਾਂ ਵੀ ਮਹਾਂਪੁਰਖਾਂ ਨੇ ਭਾਈ ਡਿਊਟੀਆਂ ਲਾਈਆਂ ਹਨ ਇੱਥੇ ਜਦੋਂ ਵੀ ਕੋਈ ਕਾਰਜ ਹੁੰਦਾ ਹੈ ਅਤੇ ਮਹਾਂਪੁਰਸ਼ਾਂ ਦੇ ਹੁਕਮ ਉਹਨਾਂ ਦਾ ਬਚਨ ਮੰਨ ਕੇ ਉਹਨਾਂ ਦੀ ਸਲਾਹ ਦੇ ਨਾਲ ਉਹਨਾਂ ਨੂੰ ਪੁੱਛ ਕੇ ਕੀਤਾ ਜਾਂਦਾ ਹੈ, ਆਪਣੇ ਆਪ ਇੱਥੇ ਕੋਈ ਕਾਰਜ ਨਹੀਂ ਕੀਤਾ ਜਾਂਦਾ। ਸਵੇਰੇ ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਠੀਕ 4 ਵਜੇ ਪ੍ਰਕਾਸ਼ ਹੁੰਦੇ ਹਨ ਅਤੇ ਸ੍ਰੀ ਮੁਖਵਾਗ ਤੋਂ ਉਪਰੰਤ 5 ਬਾਣੀਆਂ ਦੇ ਨਿਤਨੇਮ ਸਿਰ ਸੁਖਮਨੀ ਸਾਹਿਬ ਜੀ ਦੇ ਜਾਪ ਹੁੰਦੇ ਹਨ, ਫਿਰ ਆਸਾ ਜੀ ਦੀ ਵਾਰ ਦੇ ਕੀਰਤਨ ਹੁੰਦੇ ਹਨ ਅਤੇ ਠੀਕ 7 ਵਜੇ ਅੰਮ੍ਰਿਤ ਵੇਲੇ ਦੇ ਭੋਗ ਪੈਂਦੇ ਹਨ ਅਤੇ ਰਾਤ ਨੂੰ ਕੀਰਤਨ ਹੁੰਦੇ ਹਨ, ਰਹਿਰਾ ਸਾਹਿਬ ਜੀ ਦੇ ਪਾਠ ਹੁੰਦੇ ਹਨ
ਅਤੇ ਸਮਾਪਤੀ ਅਤੇ ਸੰਗਤਾਂ ਨਾਮ ਜਪਦੀਆਂ ਹਨ। ਸਤਨਾਮ ਵਾਹਿਗੁਰੂ ਦਾ ਜਾਪ ਵੀ ਕੀਤਾ ਜਾਂਦਾ ਹੈ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਬੋਲੋ ਜਰਾ ਖੁੱਲ ਕੇ। ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ। ਸੋ ਗੁਰੂ ਕੀ ਸੰਗਤ, ਇਹ ਮਹਾਂਪੁਰਖ ਜੋ ਹਜ਼ੂਰ ਸਾਹਿਬ ਵਾਲੇ ਸੰਤ ਬਾਬਾ ਨਰਿੰਦਰ ਸਿੰਘ ਜੀ, ਸੰਤ ਬਾਬਾ ਬਲਵਿੰਦਰ ਸਿੰਘ ਜੀ, ਇਹ ਮਹਾਂਪੁਰਖ ਭਾਈ ਸਾਰਿਆਂ ਦੇ ਨਾਲ, ਸਾਰਿਆਂ ਨੂੰ ਨਾਲ ਲੈ ਕੇ ਔਰ ਪੰਥਕ ਕਾਰਜਾਂ ਦੇ ਵਿੱਚ ਜਿਹੜੇ ਚੜ੍ਹਦੀ ਕਲਾ ਵਾਲੇ ਕਾਰਜ ਹਨ ਮਹਾਂਪੁਰਖਾਂ ਦੀ ਸੋਚ 'ਤੇ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਦੇ ਨਾਲ, ਇਹਨਾਂ ਦਾ ਦਿਲੋਂ ਹੀ ਸਾਰੀਆਂ ਸੰਪਰਦਾਵਾਂ ਦੇ ਨਾਲ ਔਰ ਪੰਥ ਦੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਹਮੇਸ਼ਾ ਮਹਾਂਪੁਰਖ ਇੱਧਰ ਵੀ ਨਾਲ ਪੰਥ ਦੇ ਨਾਲ ਮੋਢਾ ਮੋਢੇ ਨਾਲ ਮੋਢਾ ਜੋੜ ਕੇ ਚੜ੍ਹਦੀ ਕਲਾ ਦਾ ਹਮੇਸ਼ਾ ਉਹ ਸੋਚਦੇ ਰਹਿੰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਖਾਲਸੇ ਪੰਥ ਅੰਦਰ ਏਕਤਾ ਇਤਫਾਕ, ਖਾਲਸੇ ਪੰਥ ਦੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇਸਾਂ ਵਿਦੇਸਾਂ ਦੇ ਵਿੱਚ ਚੜ੍ਹਦੀਆਂ ਕਲਾ ਦੀਆਂ ਅਰਦਾਸਾਂ ਮਹਾਂਪੁਰਖਾਂ ਦੇ ਸਾਰਿਆਂ ਸਥਾਨਾਂ 'ਤੇ ਇੱਥੇ ਵੀ ਹਮੇਸ਼ਾ ਕੀਤੀ ਜਾਂਦੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਕਿਰਪਾ ਕਰੋ, ਖਾਲਸੇ ਪੰਥ ਦੇ ਵਿੱਚ ਏਕਤਾ ਆਵੇ, ਖਾਲਸਾ ਪੰਥ ਚੜ੍ਹਦੀ ਕਲਾ ਹੋਵੇ ਦੇਸਾਂ ਵਿਦੇਸਾਂ ਦੇ ਵਿੱਚ, ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਹਾਈ ਹੋਵੋ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਪੰਥ ਭਾਈ ਸਰਬੱਤ ਦਾ ਭਲਾ ਮੰਗਣ ਵਾਲਾ ਪੰਥ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਹੈਗੀਆਂ ਐਨ ਆਰ ਆਈ ਵੀਰ ਨੇ, ਉਹ ਬਹੁਤ ਜ਼ਿਆਦਾ ਸ਼ਰਧਾ ਰੱਖਦੇ ਨੇ, ਕਿਉਂਕਿ ਜਿਹੜਾ ਕਾਰਜ ਉਹ ਸੌਖੇ ਜਾਂਦੇ ਨੇ ਉਹੀ ਕਾਰਜ ਉਹਨਾਂ ਦੇ ਪੂਰੇ ਹੋ ਜਾਂਦੇ ਨੇ। ਕਿਸੇ ਨੇ ਵਿਦੇਸ਼ ਜਾਣਾ ਹੈਗਾ, ਜਦੋਂ ਉੱਥੇ ਆ ਕੇ ਇੱਕ ਵਾਰੀ ਅਰਦਾਸ ਕਰਦੇ ਆ ਬਾਬਾ ਜੀ, ਅਤੇ ਸਾਰੇ ਦੀ ਸਾਰੀ ਜਿਹੜੀ ਹੈਗੀ ਆ ਮਨੋਕਾਮਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰੇਕ ਬੰਦੇ ਦੀ ਇੱਥੇ ਪੂਰੀ ਕਰਦੇ ਆ, ਔਰ ਹਰੇਕ ਬੰਦਾ ਜਿਹੜਾ ਵੀ ਸੱਚੇ ਦਿਲ ਨਾਲ ਇੱਥੇ ਆ ਜਾਂਦਾ ਹੈਗਾ ਉਹਦਾ ਮਨੋਕਾਮਨਾ ਪੂਰੀਆਂ ਹੁੰਦੀਆਂ। ਅਤੇ ਐੱਨ ਆਰ ਆਈ ਵੀਰਾਂ ਦਾ ਵੱਡਾ ਯੋਗਦਾਨ ਹੈਗਾ ਇਸ ਸਥਾਨ ਦੇ ਉੱਪਰ, ਔਰ ਕਾਰ ਸੇਵਾ ਕਦੇ ਰੁਕੀ ਨਹੀਂ ਹੈ, ਕਦੇ ਮਿਸਤਰੀ ਨਹੀਂ ਹਟੇ, ਔਰ ਹੁਣ ਵੀ ਕਾਰ ਸੇਵਾ ਜਿਹੜੀ ਹੈਗੀ ਆ ਉਹ ਚੱਲੀ ਜਾਂਦੀ ਹੈਗੀ ਆ ਨਿਰੰਤਰ। ਸੋ ਇਹ ਸਾਰੇ ਜਿਹੜੇ ਗੁਰੂ ਘਰਾਂ ਦੇ ਕਾਰਜ ਹੁੰਦੇ ਆ ਨਾ, ਇਹ ਸੰਗਤਾਂ ਦੇ ਸੰਯੋਗ ਦੇ ਨਾਲ ਚੱਲਦੇ ਆ, ਅਤੇ ਸੰਗਤਾਂ ਵਾਸਤੇ ਗੁਰੂ ਪੰਥ ਵਾਸਤੇ ਹੀ ਬਣਾਏ ਜਾਂਦੇ ਆ, ਨਾ ਕਿ ਕਾਰ ਸੇਵਾਲਾਂ ਦੇ। ਇਹ ਨਿੱਜੀ ਅਸਥਾਨ ਨਹੀਂ, ਇਹ ਗੁਰੂ ਕੀ ਸੰਗਤ, ਇਹ ਪੰਥ ਦੀਆਂ ਵਿਰਾਸਤਾਂ ਹਨ। ਪੰਥ ਜਦੋਂ ਵੀ ਚਾਹੇ ਇਹਨਾਂ ਵਿਰਾਸਤਾਂ ਦੇ ਵਿੱਚ ਸਾਡੇ ਕਿਸਾਨ ਭਾਈ ਜਿਹੜੇ ਹਨ, ਉਹ ਭਾਈ ਅੱਜ ਕੱਲ੍ਹ ਸਾਨੂੰ ਉਹਨਾਂ ਦਾ ਵੀ ਸੰਯੋਗ ਦੇਣਾ ਚਾਹੀਦਾ ਹੈ। ਕਿਸਾਨਾਂ ਦੇ ਨਾਲ ਵੀ ਸਾਨੂੰ ਹਰ ਤਰ੍ਹਾਂ ਕਰਕੇ ਇਹ ਸੰਪਰਦਾ, ਸਾਰੀਆਂ ਸੰਪਰਦਾ ਹੋਰ ਸਾਰੇ ਸਮਾਜਾਂ ਨੂੰ
ਇਹ ਨਹੀਂ ਇਕੱਲੇ ਜ਼ਿਮੀਂਦਾਰਾਂ ਨੂੰ ਸਿੱਖਾਂ ਨੂੰ ਨਹੀਂ, ਇਹਦੇ ਵਿੱਚ ਹਿੰਦੂਆਂ ਦਾ ਵੀ ਓਨਾ ਹੀ ਫਰਜ਼ ਬਣਦਾ ਹੈ, ਸਾਰੀਆਂ ਕੌਮਾਂ ਦਾ ਹੀ ਫਰਜ਼ ਬਣਦਾ ਹੈ ਕਿ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨੂੰ ਸਾਥ ਦਿੱਤਾ ਜਾਵੇ ਔਰ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਦੇ ਨਾਲ ਸੰਯੋਗ ਹੋਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਹੋਇਓ ਗੁਰ ਮਿਹਰਬਾਨਾ, ਅੰਦ ਸੁਖ ਕਲਿਆਣ ਮੰਗਲ ਸਿਉਂ, ਘਰ ਆਏ ਕਰ ਇਸਨਾਨਾ ਰਹਾਉ। ਸਾਚੀ ਗੁਰ ਵਡਿਆਈ, ਤਾਂ ਕੀ ਕੀਮਤ ਕਹਿਣ ਨ ਜਾਈ, ਸਿਰ ਸਾਹਾ ਪਾਤਸ਼ਾਹ, ਗੁਰ ਭੇਟ ਮਨ ਓ ਮਾਹਾ। ਵਾਹਿ ਗੁਰੂ, 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 ਵਾਹਿ